ਡਿੰਡਾਉਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਾ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੁ ਨਾਨਕ ਜਿਨ ਕਰ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚਿਓ ਜਿਸ ਤਰ੍ਹਾਂ ਸੰਤ ਆਪ ਇੱਕ ਪੌੜੀ ਆਪ ਅੱਗੇ ਸੁਣ ਕੇ ਪਕਾਉਂਦੇ ਹੋ, ਦਾਸ ਵੀ ਇੱਕ ਵਾਰੀ ਦੋ ਵਾਰੀ ਆਪ ਜੀ ਦੇ ਅੱਗੇ ਪੜ੍ਹੇਗਾ ਅਤੇ ਆਪ ਜੀ ਨੇ ਜਿਵੇਂ ਅੱਗੇ ਮਗਰ ਪੜ੍ਹਦੇ ਹੋ ਉਸ ਤਰ੍ਹਾਂ ਸਾਰਿਆਂ ਨੇ ਉਚਾਰਨ ਕਰਨਾ। ਅਸੰਖ ਜਪ ਅਸੰਖ ਮੂਰਖ ਪੜ੍ਹੀ, ਅੱਛਾ ਅਗਲੀ ਪੌੜੀ ਹੈ ਇਸ ਤੋਂ ਜੀ, ਤੀਜੀ ਪੌੜੀ ਹੈ, ਪਹਿਲੀ ਪੰਜ ਪ੍ਰਵਾਨ ਦੀ ਹੈ, ਦੂਜੀ ਜਪ ਵਾਲੀ ਹੈ, ਤੀਜੀ ਮੂਰਖ ਵਾਲੀ ਹੈ, ਚੌਥੀ ਅਸੰਖ ਨਾਭ ਵਾਲੀ। ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਰੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਰੀ ਕਾਰ। ਜਿਹੜੀ ਪੌੜੀ ਹੈ ਇਹਦੇ ਵਿੱਚ ਅਸੰਖ ਨੀਚ ਅਤੇ ਅਰਥ ਦੇ ਮੁਤਾਬਕ ਨੀਚ ਦਾ ਅਰਥ ਨਿਮਰਤਾ ਸਹਿਤ ਸਤਿਗੁਰੂ ਜੀ ਉਚਾਰਨ ਕਰਦੇ ਆ। ਕਈ ਪਾਠੀ ਸਿੰਘ ਨਾਨਕ ਤੇ ਲਾਉਂਦੇ ਆ, ਨਾਨਕ ਨੀਚ ਕਹੈ, ਨੀਚ ਸ਼੍ਰੇਣੀ ਦਾ ਵਿਚਾਰ ਕਥਨ ਕਰਦੇ ਹਨ, ਪਰ ਆਮ ਜਿਹੜਾ ਹੈ ਵਿਸਰਾਮ ਪਹਿਲਾਂ ਹੀ ਠੀਕ ਹੈ, ਨਾਨਕ ਨੀਚ ਨਿਮਰਤਾ ਸਹਿਤ ਸਤਿਗੁਰੂ ਜੀ ਚੋਰਨ ਕਰਦੇ ਹਨ। ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਅਮਰ ਕਰ ਜਾਹੇ ਜੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰ ਆਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਰੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਪ੍ਰਚਲਿਤ ਤੇਜ਼ ਥੋੜ੍ਹਾ ਜਿਹਾ ਪਾਠ ਕਰਦਾ, ਇਸ ਤਰ੍ਹਾਂ ਹੌਲੀ ਹੌਲੀ ਅੜਕ ਅੜਕ ਕੇ ਨਹੀਂ ਕਰਦਾ, ਇਸ ਕਰਕੇ ਇੱਕ ਦੋ ਵਾਰ ਅੜਿੱਚਣ ਪਈ ਹੈ। ਬੇਨਤੀ ਹੈ ਬੱਚੇ, ਉਹ ਇੱਕ ਤਾਂ ਇੱਕ ਮੂਲ ਮੰਤਰ ਹੈ ਜਿਹੜਾ ਉਹ ਸ਼ੁੱਧ ਉਚਾਰਨ ਕਰਨਾ ਚਾਹੀਦਾ ਹੈ, ਇੱਥੇ ਹੀ ਨਹੀਂ ਪੰਜਾਬ ਦੇ ਵਿੱਚ ਵੀ ਕਈ ਅਖੰਡ ਪਾਠੀਆਂ ਦੇ ਵਿੱਚ ਪੱਕੇ ਹੋਏ ਹਨ, ਇੱਕ ਓਅੰਕਾਰ ਹੀ ਸਦਨੀ ਉਚਾਰਨ ਕਰਦੇ ਹਨ। ਇੱਥੇ ਵੀ ਮੈਂ ਸੁਣਿਆ ਸੀ ਇੱਕ ਈੜੀ ਨੂੰ ਸਿਹਾਰੀ ਕੱਕਾ ਇੱਕ ਕਹਿਣਾ ਅਤੇ ਓਅੰਕਾਰ ਊੜੇ ਨੂੰ ਹੋੜਾ ਆੜੀ ਟਿੱਪੀ ਕੱਕੇ ਨੂੰ ਕਹਿਣਾ ਰਾਰਾ। ਇੱਥੇ ਬੱਚੇ ਤੁਸੀਂ ਵੀ ਹੋਰ ਵੀ ਕਈ ਪਾਠੀ ਕਰਦੇ, ਤੁਸੀਂ ਇਕੱਲੇ ਨਹੀਂ,
ਕਈ ਅਖੰਡ ਪਾਠਾਂ ਦੇ ਵਿੱਚ ਪਾਠੀ ਲੱਗਣ ਵਾਲੇ ਜਿਹਨਾਂ ਦੇ ਪੱਕੇ ਵੀ ਨੇ ਗਲਤ, ਉਹ ਇੱਕ ਓਂਕਾਰ ਹੀ ਕਹਿ ਦਿੰਦੇ ਆ, ਇੱਕ ਈੜੀ ਨੂੰ ਸਹਾਰੀ ਕੱਕਾ ਇੱਕ ਬੋਲੋ ਓਂਕਾਰ, ਇੱਕ ਓਂਕਾਰ ਨਹੀਂ ਇਕੱਠਾ ਕਹਿਣਾ, ਇੱਕ ਵੱਖਰਾ ਹੈ ਓਂਕਾਰ ਵੱਖਰਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਥੋਂ ਤੱਕ ਮੂਲ ਮੰਤਰ ਨਿਸ਼ਚਾ ਕਰਨਾ ਹੈ। ਸੰਪਰਦਾਵਾਂ ਵਿੱਚ ਇੱਕ ਓਅੰਕਾਰ ਨੂੰ ਬੀਜ ਮੰਤਰ ਕਹੀਦਾ ਹੈ, ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਹਾਮੰਤਰ ਕਹੀਦਾ ਹੈ, ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਕਹੀਦਾ। ਇਸ ਤਰ੍ਹਾਂ ਨਿਸ਼ਚਾ ਕਰਨਾ ਹੈ, ਨਾਨਕ ਹੋਸੀ ਭੀ ਸੱਚ ਤੱਕ ਹੀ ਪੜ੍ਹਿਆ ਕਰੋ, ਪੜ੍ਹਦੇ ਵੀ ਹੋ। ਅਤੇ ਦੂਸਰਾ ਗੁਰਮੰਤਰ ਦਾ ਵੀ ਆਪ ਜੀ ਨੂੰ ਪਤਾ ਹੋਣਾ ਚਾਹੀਦਾ, ਵਾਹਿਗੁਰੂ ਗੁਰਮੰਤਰ ਹੈ। ਵਾਹਿਗੁਰੂ ਬਾਵੇ ਨੂੰ ਕਹਿੰਦਾ, ਹਾਹੇ ਨੂੰ ਸਿਹਾਰੀ, ਗੱਗੇ ਨੂੰ ਅੰਕੜ, ਰਾਰੇ ਨੂੰ ਦਲਿੰਕੜ। ਕਈ ਵੀਰ ਵਾਹੋ ਪੜ੍ਹਦੇ ਆ ਵਾਹਿਗੁਰੂ, ਕਈ ਵਾਹਿਗੁਰੂ ਪੜ੍ਹਦੇ ਆ, ਪਰ ਸੋਧ ਉਚਾਰਨ ਭਾਈ ਗੁਰਦਾਸ ਸਾਹਿਬ ਜੀ ਨੇ ਨਿਰਣਾ ਕੀਤਾ, ਵਾਹਿਗੁਰੂ ਗੁਰਮੰਤਰ ਹੈ ਜਾਂ ਪਾਹੋਂ ਮੈਂ ਖੋਈ। ਬਾਵੇ ਨੂੰ ਕਹਿੰਦਾ, ਹਾਹੇ ਨੂੰ ਸਿਹਾਰੀ ਵਾਹੇ, ਗੱਗੇ ਨੂੰ ਅੰਕੜ, ਰਾਰੇ ਨੂੰ ਦਲਿੰਕੜੇ, ਵਾਹਿਗੁਰੂ ਇਹ ਗੁਰਮੰਤਰ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਸੰਸਾਰ ਦੇ ਉੱਪਰ। ਇਸ ਲਈ ਮੂਲ ਮੰਤਰ ਅਤੇ ਗੁਰਮੰਤਰ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਦਾਤ ਨਾਲ ਆਪਾਂ ਨੂੰ ਪ੍ਰਾਪਤ ਹੁੰਦਾ ਹੈ। ਇਹਨਾਂ ਦਾ ਜਾਪ ਕਰਨਾ, ਨਾਮ ਸਾਰੇ ਪਰਮੇਸ਼ਰ ਦੇ ਚੰਗੇ ਆ, ਨਿੰਦਾ ਕਿਸੇ ਨਾਮ ਦੀ ਵੀ ਨਹੀਂ ਕਰਨੀ, ਪਰ ਆਪਾਂ ਮੂਲ ਮੰਤਰ ਅਤੇ ਗੁਰਮੰਤਰ ਦਾ ਹੀ ਜਾਪ ਕਰਨਾ, ਸਿਮਰਨ ਕਰਨਾ। ਦੂਸਰੀ ਗੱਲ ਜਿਹੜੀ 35 ਹੈ, ਇਹਦਾ ਵੀ ਪੰਜਾਬ ਵਿੱਚ ਵੀ ਬਹੁਤਿਆਂ ਨੂੰ ਗੰਗਾਂ ਅਤੇ ਜਾਈਆਂ ਅਤੇ ਅਣਾਣਾ ਅੱਖਰ ਨਹੀਂ ਆਉਂਦੇ। ਬਾਬੇ ਨੂੰ ਵੀ ਵਾਹ ਵਾਹ ਕਹਿ ਦਿੰਦੇ ਆ, ਅੜਾੜੇ ਨੂੰ ਕਈ ਅਰਾਰਾ ਰੱਖ ਕੇ ਅਰਾੜਾ ਕਹਿ ਦਿੰਦੇ ਆ। ਇਹਨਾਂ ਅੱਖਰਾਂ 'ਤੇ ਥੋੜ੍ਹੀ ਜਿਹੀ ਮਿਹਨਤ ਕਰਨੀ ਚਾਹੀਦੀ ਹੈ। ਪੰਜਾਬ ਦੇ ਵਿੱਚ ਜਿੱਥੋਂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਗੁਰਮੁਖੀ ਲਿਪੀ ਦੀ ਬਖਸ਼ਿਸ਼ ਕੀਤੀ ਹੈ, ਪੰਜਾਬੀ ਬੋਲੀ ਬੋਲੀ ਜਾਂਦੀ ਹੈ, ਉੱਥੇ ਵੀ ਟੀਚਰ ਅਨੁਭਵ ਦਾ ਪਤਾ ਨਹੀਂ ਹੈ, ਕਿਉਂਕਿ ਸਕੂਲਾਂ ਦੀਆਂ ਕਿਤਾਬਾਂ ਵਿੱਚ ਗੰਗਾਂ ਅਤੇ ਗਈਆਂ ਅਤੇ ਆਪਣਾ ਇਹ ਅੱਖਰ ਬਹੁਤ ਘੱਟ ਬੋਲੇ ਜਾਂਦੇ ਹਨ, ਅਤੇ ਨਾਲੇ ਸਿਹਾਰੀਆਂ ਬਿਹਾਰੀਆਂ ਦੀ ਲੋੜ ਨਹੀਂ ਪੈਂਦੀ। ਸੋ ਆਪ ਜੀ ਇਸ ਤਰ੍ਹਾਂ ਸੁੱਧ ਉਚਾਰਨ ਕਰਿਆ ਕਰੋ। ਮੈਂ ਬੋਲਦਾ ਬਹੁਤਾ ਟਾਈਮ ਨਹੀਂ ਲਾਉਂਦਾ। ਊੜਾ ਆੜੇ ਨੂੰ ਤਿੰਨ ਰੂਪ ਨੇ, ਅਤੇ ਮਾਲਵੇ ਵਿੱਚ ਆੜਾ ਕਹਿੰਦੇ ਆ, ਮਾਝੇ ਵਿੱਚ ਐੜਾ ਕਹਿੰਦੇ ਆ, ਪਰ ਗੁਰਬਾਣੀ ਵਿੱਚ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਪੱਟੀ ਲਿਖੀ ਹੈ, ਉੱਥੇ ਆੜੇ ਨੂੰ ਕਹਿੰਦਾ ਈੜੀ ਨੂੰ ਸਿਹਾਰੀ, ਰਾੜੇ ਨੂੰ ਦਲਾਵਾਂ ਆੜਾ। ਕੰਮ ਤਾਂ ਆੜਾ ਅਤੇ ਐੜਾ ਨਾਲ ਵੀ ਸਰ ਜਾਂਦਾ, ਪਰ ਸੁੱਧ ਉਚਾਰਨ ਸਤਿਗੁਰੂ ਜੀ ਦੀ ਪੱਟੀ ਮੁਤਾਬਕ ਆੜਾ ਸੁੱਧ ਹੈ। ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਨੰਗਾ, ਨੰਗਾ ਕਹਿਣਾ ਬਹੁਤਾ ਹੀ ਪਤਲਾ ਕਰਕੇ ਜੇ ਜੇ ਨੱਕ ਵਿੱਚ ਨੰਗਾ, ਚੱਚਾ ਛੱਛਾ ਜੱਜਾ ਝੱਜਾ ਨਿਆਂ, ਜਈਏ ਨੂੰ ਬਹੁਤਾ ਪਤਲਾ ਕਰਕੇ ਨੱਕ 'ਚ ਨਿਆਂ, ਟੈਂਕਾ ਠੱਠਾ ਡੱਡਾ ਢੱਡਾ ਅਣਾਣਾ, ਬਹੁਤੇ ਬੱਚੇ ਨੰਨੇ ਨੂੰ ਕੰਨਾਂ ਅਤੇ ਅਣਾਣੇ ਨੂੰ ਕੰਨਾਂ ਨਾਣਾ ਕਹਿ ਦਿੰਦੇ ਆ, ਨਾਣਾ ਨਹੀਂ ਸ਼ਬਦ ਹੈ, ਦੋਹਾਂ ਅਣਾਣੇ ਨੂੰ ਕੰਨੇ ਲੱਗਣੇ ਚਾਹੀਦੇ, ਅਣਾਣਾ ਤੱਤਾ ਥੱਥਾ ਦੱਦਾ ਧੱਦਾ ਨੰਨਾ ਪੱਪਾ
ਫੱਫਾ ਬੱਬਾ ਭੱਬਾ ਮੰਮਾ ਯਈਆ ਰਾਰਾ ਲੱਲਾ ਵਾਵਾ ਵਾਵਾ ਨਹੀਂ ਕਹਿਣਾ ਵਾਵਾ ਭੋਲਾ ਜਿਹਾ ਬੱਬਾ ਬੁੱਲ ਘੁੱਟ ਕੇ ਕਹੀਦੇ ਬੱਬਾ ਵਾਵਾ ਬੁੱਲ ਭੋਲੇ ਛੱਡ ਕੇ ਬੱਬਾ ਵੀ ਪੜ੍ਹ ਲੈਂਦੇ ਆ ਬਾਬਾ ਵੀ ਪੜ੍ਹ ਲੈਂਦੇ ਦੋਨੋਂ ਠੀਕ ਠੀਕ ਆ ਦੋਨੋਂ ਰੂਪ ਗੁਰਬਾਣੀ ਵਿੱਚ ਆਉਂਦੇ ਆ ਯਈਆ ਅਰਾਰਾ ਲੱਲਾ ਵਾਵਾ ਅੜਾੜਾ ਅਤੇ ਅੜਾੜਾ ਨੂੰ ਕਈ ਅਰਾਰਾ ਲਾ ਕੇ ਅਰਾੜਾ ਕਹਿੰਦੇ ਅਰਾੜਾ ਨਹੀਂ ਕਹਿੰਦੇ ਦੋਹਾਂ ਅੜਾੜਿਆਂ ਨੂੰ ਕੰਨੇ ਲਾਉਣੇ ਅੜਾੜਾ ਦੋਹਾਂ ਨਾਣਿਆਂ ਨੂੰ ਕੰਨੇ ਲਾਉਣੇ ਅਣਾਣਾ ਇਸ ਤਰ੍ਹਾਂ ਉਚਾਰਨ ਕਰਨਾ ਮਹਾਰਨੀ ਸਾਰੀ ਦਿਨ ਤਾਂ ਬਹੁਤ ਟਾਈਮ ਲੱਗ ਜਾਂਦਾ ਮੈਂ ਇੱਕ ਦੋ ਲੈਣਾ ਆਪ ਜੀ ਦੇ ਅੱਗੇ ਪੜ੍ਹਦਾ ਉਸ ਤਰੀਕੇ ਦੇ ਨਾਲ ਜੇ ਤੁਸੀਂ ਪੜ੍ਹਿਆ ਕਰੋ ਤਾਂ ਤੁਹਾਨੂੰ ਬਹੁਤਾ ਫਾਇਦਾ ਹੋਵੇਗਾ ਇੱਕ ਤਾਂ ਲਗਾਂ ਦੇ ਨਾਮ ਚੇਤੇ ਆ ਜਾਂਦੇ ਹਨ ਇੱਕ ਉਚਾਰਨ ਦਾ ਪਤਾ ਲੱਗ ਜਾਂਦਾ ਕਿਹੜੀ ਲੱਗਦਾ ਕਿਹੜਾ ਉਚਾਰਨ ਹੈ ਜਿਵੇਂ ਕਿ ਐੜਾ ਪਹਿਲੀ ਲੈਣ ਨੂੰ ਸਾਂਝੀ ਛੱਤਰ ਸਾਂਝੀ ਪਾਲ ਇਸ ਤਰ੍ਹਾਂ ਕਹਿ ਦਿੰਦੇ ਹਨ ਸਾਂਝੀ ਸਤਰ ਦਾ ਵੀ ਉਹੀ ਅਰਥ ਹੈ ਪਾਲ ਦਾ ਵੀ ਉਹੀ ਅਰਥ ਹੈ ਲੈਣ ਦਾ ਵੀ ਉਹੀ ਅਰਥ ਮਤਲਬ ਹੈ ਐੜਾ ਮੁਕਤਾ ਅ ਐੜੇ ਨੂੰ ਕੰਨਾ ਆ ਈੜੀ ਨੂੰ ਸਿਹਾਰੀ ਏ ਈੜੀ ਨੂੰ ਬਿਹਾਰੀ ਈ ਊੜੇ ਨੂੰ ਅੰਕੁਰ ਉ ਊੜੇ ਨੂੰ ਦਲੈਂਕੜ ਊ ਈੜੀ ਨੂੰ ਲਾਂ ਏ ਐੜੇ ਨੂੰ ਦਲਾਵਾਂ ਊੜੇ ਨੂੰ ਹੋੜਾ ਓ ਊੜੇ 'ਤੇ ਆਪਾਂ ਮੂੰਹ ਜੋੜ ਦਈਏ ਫਿਰ ਤਾਂ ਕਾਲਾ ਊੜਾ ਬਣ ਜਾਏ ਖੁੱਲ੍ਹਾ ਮੂੰਹ ਰੱਖੀਏ ਉਹ ਊੜੇ ਦੇ ਉੱਪਰ ਖੁੱਲ੍ਹਾ ਮੂੰਹ ਰੱਖਣਾ ਜਿਹੜਾ ਉਹ ਹੋੜੇ ਦਾ ਕੰਮ ਦਿੰਦਾ ਆਪਾਂ ਹੋੜਾ ਵੀ ਕਹਿ ਸਕਦੇ ਹਾਂ ਖੁੱਲ੍ਹੇ ਮੂੰਹ ਵਾਲਾ ਊੜਾ ਵੀ ਕਹਿ ਸਕਦੇ ਹਾਂ ਊੜੇ ਨੂੰ ਹੋੜਾ ਓ ਐੜੇ ਨੂੰ ਕਨੌੜਾ ਓ ਐੜੇ ਨੂੰ ਟਿੱਪੀ ਅੰ ਐੜੇ ਨੂੰ ਕੰਨਾ ਉੱਤੇ ਬਿੰਦੀ ਆ ਨੰਗਾ ਮੁਕਤਾ ਨੰਗੇ ਨੂੰ ਕੰਨਾ ਨੰਗੇ ਨੂੰ ਸਿਹਾਰੀ ਨੇ ਨੰਗੇ ਨੂੰ ਬਿਹਾਰੀ ਨੀ ਨੰਗੇ ਨੂੰ ਅਕੜੋ ਨੰਗੇ ਨੂੰ ਦਲੈਂਕੜੂ ਨੰਗੇ ਨੂੰ ਲਾਂਗੇ ਗੰਗੇ ਨੂੰ ਦੁਲਾਵਾਂਗੇ ਗੰਗੇ ਨੂੰ ਹੋੜਾਂਗੋ ਗੰਗੇ ਨੂੰ ਕਨੌੜਾਂਗਾ ਗੰਗੇ ਨੂੰ ਟਿੱਪੀ ਗੰਗੇ ਨੂੰ ਕੰਨਾ ਉੱਤੇ ਬਿੰਦੀ ਇਹ ਗੱਗੇ ਨੂੰ ਬਹੁਤਾ ਹੀ ਪਤਲਾ ਕਰਕੇ ਨੱਕ ਚਬਾਉਣਾ ਬਹੁਤਾ ਹੀ ਜਿਹਦੇ ਯਈਏ ਨੂੰ ਬਹੁਤਾ ਪਤਲਾ ਕਰਕੇ ਨੱਕ ਚ ਹੀ ਯਈਆਂ ਮੁਕਤਾਈਆਂ ਨੰਨੇ ਨੂੰ ਕੰਨਾ ਨੰਨੇ ਨੂੰ ਸਿਹਾਰੀ ਨੰਨੇ ਨੂੰ ਬਿਹਾਰੀ ਨੀ ਨੰਨੇ ਨੂੰ ਅੰਕੜੀਓ ਨੰਨੇ ਨੂੰ ਦਲੈਂਕੜੀਓ ਨੰਨੇ ਨੂੰ ਲਾ ਨੀ ਨੰਨੇ ਨੂੰ ਦੁਲਾਵਾ ਨੰਨੇ ਨੂੰ ਹੋੜਾ ਨੀਓ ਨੰਨੇ ਨੂੰ ਕਨੌੜਾ ਨੰਨੇ ਨੂੰ ਟਿੱਪੀ ਨੰਨੇ ਨੂੰ ਕੰਨਾ ਉੱਤੇ ਬਿੰਦੀ ਅਣਾਣੇ ਵੀ ਨਾਣਾ ਨਾਨਾ ਨਹੀਂ ਪਹਿਲਾਂ ਆਉਣਾ ਦੋਨੋਂ ਅਣਾਣੇ ਲਾਉਣੇ ਆ ਅਣਾਣਾ ਮੁਕਤਾ ਅਣ ਅਣਾਣੇ ਨੂੰ ਕੰਨਾ ਅਣਾ ਅਣਾਣੇ ਨੂੰ ਸਿਹਾਰੀ ਅਣੇ ਅਣਾਣੇ ਨੂੰ ਬਿਹਾਰੀ ਅਣੀ ਅਣਾਣੇ ਨੂੰ ਅੰਕੁਰ ਅਣੋ ਅਣਾਣੇ ਨੂੰ ਦਲੈਂਕੜਣੂ ਅਣਾਣੇ ਨੂੰ ਨਾਣੇ ਅਣਾਣੇ ਨੂੰ ਦੁਲਾਵਣ ਅਣਾਣੇ ਨੂੰ ਹੋੜਾਣੋ ਅਣਾਣੇ ਨੂੰ ਕਨੌੜਾਣਾ ਅਣਾਣੇ ਨੂੰ ਟਿੱਪੀਣ ਅਣਾਣੇ ਨੂੰ ਕੰਨਾ ਉੱਤੇ ਬਿੰਦੀਣਾ ਇੱਕ ਲੈਣ ਪਕਾਰੋਂ ਸਾਰੀਆਂ ਉਸੇ ਤਰਜ 'ਤੇ ਉਸੇ ਲੈ 'ਤੇ ਸਾਰੀਆਂ
ਪੜ੍ਹੀਆਂ ਜਾ ਸਕਦੀਆਂ ਪੜ੍ਹੀ ਦੀਆਂ ਹਨ। ਇੱਕ ਲੈਣ ਇੱਕ ਇੱਕ ਚੇਤੇ ਕਰ ਲਓ, ਬਹੁਤ ਲਾਭ ਹੋਊਗਾ। ਇਸ ਕਰਕੇ ਦੋ ਤਰ੍ਹਾਂ ਦੀ ਵਿੱਦਿਆ, ਇੱਕ ਅਧਿਆਤਮਿਕ ਵਿੱਦਿਆ, ਧਾਰਮਿਕ ਵਿੱਦਿਆ ਜਿਸ ਨੂੰ ਆਪਾਂ ਕਹਿੰਦੇ ਹਾਂ, ਇੱਕ ਦੁਨਿਆਵੀ ਵਿੱਦਿਆ, ਵਿਵਹਾਰਕ ਵਿੱਦਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਕਿ ਭਾਈ ਜਿਹੜੀ ਅਧਿਆਤਮਿਕ ਵਿੱਦਿਆ, ਅਧਿਸ਼ਠਾਨ ਆਤਮਾ ਜੋ ਪਰਮਾ ਵਾਹਿਗੁਰੂ ਹੈ ਉਸ ਦੀ ਪ੍ਰਾਪਤੀ ਕਰਾਉਣ ਵਾਲੀ, ਦੂਜੇ ਸ਼ਬਦਾਂ ਵਿੱਚ ਆਪਾਂ ਧਾਰਮਿਕ ਕਹਿ ਲਈਏ, ਗੁਰਬਾਣੀ ਸਿੱਖਣੀ, ਵਿਚਾਰ ਕਰਨੀ, ਉਸ 'ਤੇ ਅਮਲ ਕਰਨਾ, ਧਾਰਮਿਕ ਵਿੱਦਿਆ। ਇਹ ਇਸ ਦੇ ਨਾਲ ਮਨ ਨੂੰ ਸ਼ਾਂਤੀ ਆਉਂਦੀ ਹੈ, ਵਾਹਿਗੁਰੂ ਦਾ ਗਿਆਨ ਹੁੰਦਾ, ਪਾਪ ਨਾਸ਼ ਹੁੰਦੇ ਹਨ, ਪੁੰਨ ਵੱਧਦੇ ਹਨ। ਨਿਸ਼ਕਾਮ ਦੇ ਨਾਲ, ਪ੍ਰੇਮ ਦੇ ਨਾਲ ਜਿਹੜਾ ਵਿੱਦਿਆ ਪੜ੍ਹ ਕੇ ਅਮਲ ਕਰਦਾ, ਗੁਰਬਾਣੀ ਦੀ ਵਿਚਾਰ ਕਰਦਾ, ਸਤਿਗੁਰੂ ਜੀ ਉਸ ਨੂੰ ਆਪਣੇ ਸਰੂਪ ਦੀ ਸਿਆਖਿਆਤਤਾ ਕਰਵਾ ਦਿੰਦੇ ਹਨ। ਅਤੇ ਦੂਜੀ ਦੁਨਿਆਵੀ ਵਿੱਦਿਆ ਵੀ ਵਿਵਹਾਰਾਂ ਵਾਸਤੇ ਜ਼ਰੂਰਤ ਹੈ। ਗੁਰਸਿੱਖ ਨੂੰ ਕਿਰਤੀ ਬਣਾਇਆ ਮਹਾਰਾਜ ਸਾਹਿਬ ਨੇ, ਦੋਨਾਂ ਵਿੱਦਿਆ ਦੀ ਹੋਈ ਮਿਹਨਤ ਕਰਨੀ ਚਾਹੀਦੀ ਹੈ। ਇਸ ਲਈ ਬਹੁਤੇ ਥਾਵਾਂ 'ਤੇ ਧਾਰਮਿਕ ਵਿੱਦਿਆ ਦਾ ਪ੍ਰਬੰਧ ਨਹੀਂ, ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਹਣਾ ਧਾਰਮਿਕ ਵਿੱਦਿਆ ਦੁਨਿਆਵੀ ਵਿੱਦਿਆ ਦੇ ਨਾਲ ਦੇਣ ਲਈ ਪ੍ਰੋਗਰਾਮ ਲੀਕਿਆ ਬਣਾਇਆ। ਇਸ ਖਾਲਸਾ ਸਕੂਲ ਵਿੱਚ ਗੁਰਮੁਖੀ ਲਿਪੀ ਸਿਖਾਈ ਜਾਂਦੀ ਹੈ ਅਤੇ ਗੁਰਬਾਣੀ ਦਾ ਪਾਠ ਸਿਖਾਇਆ ਜਾਂਦਾ, ਕੀਰਤਨ ਸਿਖਾਇਆ ਜਾਂਦਾ, ਸਤਿਗੁਰੂ ਜੀ ਦੇ ਦਰਸ਼ਨ ਅਰਦਾਸ। ਇਸ ਤਰ੍ਹਾਂ ਛੋਟੀ ਉਮਰ ਵਿੱਚ ਜਦੋਂ ਬੱਚੇ ਨਕਲ ਕਰਨਗੇ, ਆਉਣਗੇ, ਸੰਸਕਾਰ ਸਾਰੀ ਉਮਰ ਉਹ ਮਨ 'ਚੋਂ ਦੂਰ ਨਹੀਂ ਹੁੰਦੇ, ਬਣੇ ਰਹਿੰਦੇ ਹਨ। ਮਹਾਰਾਜ ਸਾਹਿਬ ਜੀ ਦੀ ਕਿਰਪਾ ਹੋ ਜਾਂਦੀ ਹੈ। ਸ਼ੁੱਧ ਉਚਾਰਨ ਕਰਨ ਦਾ ਖਿਆਲ ਕਰਿਆ ਕਰੋ, ਇੱਕ ਓਅੰਕਾਰ ਨਹੀਂ ਕਹਿਣਾ ਹੈ, ਇੱਕ ਵੱਖਰਾ, ਇੱਕ ਦਾ ਅਰਥ ਵੀ ਵੱਖਰਾ। ਓਅੰਕਾਰ ਚਾਰ ਅੱਖਰ ਲੱਗਦੇ ਹੈ, ਇਹਦਾ ਅਰਥ ਵੀ ਵੱਖਰਾ, ਪਾਠ ਵੀ ਵੱਖਰਾ। ਕਈ ਅਜੂਨੀ ਸਹਿਕ ਰਲਾ ਦਿੰਦੇ ਆ, ਅਜੂਨੀ ਕਹਿ ਕੇ ਮਾੜੀ ਜਿਹੀ ਜਮਕ ਦੇਣੀ ਹੈ, ਅਜੂਨੀ ਸਹਿਭੰਗ ਅੱਡ ਕਹਿਣਾ। ਇਸ ਤਰ੍ਹਾਂ ਸ਼ੁੱਧ ਉਚਾਰਨ ਕਰਨ ਦਾ ਯਤਨ ਕਰਨਾ, ਸ਼ੁੱਧ ਵਿੱਦਿਆ ਸਿੱਖਣ ਦਾ ਯਤਨ ਕਰਨਾ। ਟੀਚਰਾਂ ਨੂੰ ਵੀ ਬੇਨਤੀ, ਅੱਗੇ ਵੀ ਬਹੁਤ ਯਤਨ ਕਰਦੇ ਹਾਂ, ਹੋਰ ਵੀ ਬੱਚਿਆਂ ਦੇ ਤਾਂ ਹੀ ਭਾਈ ਮਿਹਨਤ ਜ਼ਿਆਦਾ ਕਰਾਇਆ ਕਰੋ, ਜਿੰਨੀ ਦਿਲੋਂ ਲਾ ਕੇ ਕਰਾਵੋਗੇ ਪਿਆਰ ਦੇ ਨਾਲ, ਉਹਨਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਬਹੁਤਾ ਫਲ ਦੇਣਗੇ, ਬਹੁਤੀਆਂ ਬਹੁਤੀ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ। ਸੋ ਆਪਣਾ ਇੱਕ ਬਾਹਲੇ ਟੀਚਰਾਂ ਨੂੰ ਜਿਹੜੇ ਪੈਰਾਂ ਦੇ ਵਿੱਚ ਬਿੰਦੀਆਂ ਹੁੰਦੀਆਂ ਨੇ, ਜਿਵੇਂ ਉਹ ਪੰਜਾਬ ਦੇ ਵਿੱਚ ਵੀ ਕਿਸੇ ਵਿਰਲੇ ਵਿਰਲੇ ਟੀਚਰ ਨੂੰ ਪਤਾ, ਨਹੀਂ ਤਾਂ ਪਤਾ ਹੀ ਨਹੀਂ ਹੈ, ਜਿਵੇਂ ਸੱਸੇ ਪੈਰ 'ਚ ਬਿੰਦੀ ਸਾ ਬੋਲੇ, ਖੱਖੇ ਪੈਰ 'ਚ ਬਿੰਦੀ ਖਾ ਬੋਲੇ, ਗੱਗੇ ਪੈਰ 'ਚ ਬਿੰਦੀ ਗਾ ਬੋਲੇ, ਜੱਜੇ ਪੈਰ 'ਚ ਬਿੰਦੀ ਜਾ ਬੋਲੇ, ਫੱਫੇ ਪੈਰ 'ਚ ਬਿੰਦੀ ਫਾ ਬੋਲੇ, ਇਸ ਤਰ੍ਹਾਂ ਲੱਲੇ ਪੈਰ 'ਚ ਬਿੰਦੀ ਲਾ ਬੋਲੇ, ਇਸ ਤਰ੍ਹਾਂ ਬੱਚੇ ਦਾ ਨਾ ਇਹਦਾ ਕੋਈ ਮਤਲਬ ਹੈ ਅਤੇ ਨਾ ਇਹ ਸ਼ੁੱਧ ਉਚਾਰਨ ਹੈ। ਜਿਵੇਂ ਜਦੋਂ ਅੰਗਰੇਜ਼ਾਂ ਦਾ ਰਾਜ ਪੰਜਾਬ 'ਤੇ, ਭਾਰਤ 'ਤੇ ਬਹੁਤ ਲੰਮਾ ਸਮਾਂ ਰਿਹਾ, ਉਦੋਂ ਜਿਹੜੇ ਅੰਗਰੇਜ਼ੀ ਦੇ ਸ਼ਬਦ ਸਨ ਕਈ ਪੰਜਾਬੀ ਬਣ ਚੁੱਕੇ ਹੈ। ਪੰਜਾਬੀ ਆਪਾਂ ਉਸ ਨੂੰ ਕਹਿੰਦੇ ਹਾਂ ਜੋ ਪੰਜਾਂ ਆਬਾਂ, ਅੱਗੇ ਤਾਂ ਹੁਣ ਤਾਂ ਤਿੰਨ ਦਰਿਆਈ ਰਹਿ ਗਏ, ਪੰਜ ਸੀ ਪਹਿਲਾਂ, ਸੱਤ ਸਿੰਧੂ, ਸੱਤ ਦਰਿਆ ਸਨ। ਇਸ ਲਈ ਜਿਹੜੀ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈ ਆਮ, ਉਸ ਨੂੰ ਪੰਜਾਬੀ ਕਹਿੰਦੇ ਆ, ਅਤੇ ਲਿਪੀ ਕਹਿੰਦੇ ਆ ਅੱਖਰਾਂ ਨੂੰ। ਇਸ ਲਈ ਜਿਹੜੀ ਗੁਰਮੁਖੀ ਲਿਪੀ ਹੈ, ਸ਼ੁੱਧ ਉਚਾਰਨ ਕਰਨੀ ਚਾਹੀਦੀ ਹੈ। ਇਹਨਾਂ ਜਦੋਂ ਮੁਸਲਮਾਨਾਂ ਦਾ ਰਾਜ ਸੀਗਾ ਭਾਰਤ ਵਿੱਚ, ਲੰਮਾ ਸਮਾਂ ਰਿਹਾ, ਉਦੋਂ ਕਈ ਫਾਰਸੀ ਦੇ ਸ਼ਬਦ ਪੰਜਾਬੀ ਬਣ ਚੁੱਕੇ ਹੈ। ਉਹ ਜਦੋਂ ਲਿਖਣੇ ਹੋਣ ਜਾਂ ਪੜ੍ਹਨੇ ਹੋਣ ਉਦੋਂ ਜ਼ਰੂਰਤ ਪੈਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸੱਚੇ ਪੈਰ ਜਾਂ ਕਿਸੇ ਚਰਨਾਂ ਵਾਲੇ ਅੱਖਰ, ਕਿਸੇ ਅੱਖਰ ਦੇ ਚਰਨਾਂ ਵਿੱਚ ਬਿੰਦੀ ਨਹੀਂ ਹੈ। ਜਿਵੇਂ ਆਮ ਲੋਕ ਸ਼ਬਦ ਹੀ ਪੜ੍ਹੀ ਜਾਂਦੇ ਪਰ ਬਿੰਦੀ ਨਹੀਂ ਹੈ, ਉੱਥੇ ਸ਼ਬਦ ਪਾਠ ਹੀ ਹੈ ਸ਼ਬਦ। ਇਸ ਤਰ੍ਹਾਂ ਚਰਨਾਂ ਵਾਲੀਆਂ ਬਿੰਦੀਆਂ ਨਹੀਂ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਕ ਵੀ ਨਹੀਂ ਮਹਾਰਾਜ ਸਾਹਿਬ ਨੇ ਲਾਈ ਚਰਨਾਂ ਵਿੱਚ ਬਿੰਦੀ, ਨਾ ਦਸਮ ਗ੍ਰੰਥ ਦੀਆਂ ਜਿਹੜੀਆਂ ਪੁਰਾਤਨ ਲਿਖਤਾਂ ਪੱਥਰ ਦੇ ਛਾਪੇ ਹਨ ਉਹਨਾਂ ਵਿੱਚ ਚਰਨਾਂ ਵਾਲੀਆਂ ਬਿੰਦੀਆਂ ਹਨ। ਇਸ ਲਈ ਹਾਂ, ਜਫਰਨਾਮਾ ਹੈਗਾ ਜਿਹੜਾ, ਉਹ ਹਕਾਇਤਾਂ ਜਫਰਨਾਮਾ, ਉਹ ਫਾਰਸੀ ਵਿੱਚ ਹੈ, ਉੱਥੇ ਬਿੰਦੀਆਂ ਜ਼ਰੂਰ ਹਨ। ਇਸ ਲਈ ਇਹਨਾਂ ਦਾ ਅਸਲ ਉਚਾਰਨ ਇਹ ਹੈ, ਸੱਚੇ ਪੈਰ 'ਚ ਬਿੰਦੀ ਜਿਹੜਾ ਸ਼ਸ਼ਾ ਖਖਾ ਗਗਾ ਜ਼ਜ਼ਾ ਫਫਾ ਲੜਾ, ਜੇ ਆਪਾਂ ਇਸ ਨੂੰ ਸੇਰ ਲਿਖਣਾ, ਪੰਜਾਬ ਵਿੱਚ ਵਜਨ ਨੂੰ ਸੇਰ ਕਹਿੰਦੇ ਹੈ, ਦੋ ਸੇਰ, ਤਿੰਨ ਸੇਰ, ਪੰਜ ਸੇਰ, ਪਰ ਜੇ ਆਪਾਂ
ਜਿਹਨੂੰ ਟੈਗਰੋ ਕਹਿੰਦੇ ਆ, ਇਹ ਲਿਖਣਾ ਸ਼ੇਰ, ਫਿਰ ਸੱਚੇ ਪੈਰ 'ਚ ਬਿੰਦੀ ਲਾਉਣੀ ਪੈਂਦੀ ਹੈ ਸ਼ੇਰ, ਜੇ ਛੱਛਾ ਲਿਖਾਂਗੇ ਸ਼ੇਰ ਬਣੂਗਾ, ਜੇ ਸੱਸਾ ਲਿਖਾਂਗੇ ਫਿਰ ਸ਼ੇਰ ਬਣੂਗਾ, ਪਰ ਜੇ ਪੈਰ ਵਿੱਚ ਬਿੰਦੀ ਲਾਵਾਂਗੇ ਫਿਰ ਟੈਗਰੋ ਜਿਸ ਨੂੰ ਕਹਿੰਦੇ ਆ ਸ਼ੇਰ ਬਣੂਗਾ, ਇਸ ਇਉਂ ਵਰਤਣੀ ਪੈਂਦੀ ਹੈ। ਜਿਵੇਂ ਆਪਾਂ ਜੱਜੇ ਪੈਰ 'ਚ ਬਿੰਦੀ ਜੇ ਨਾ ਲਾਵਾਂਗੇ ਜ਼ੋਰ ਜ਼ਮੀਨ ਜ਼ਮਾਨਾ ਬਣੂਗਾ, ਜੇ ਲਾਵਾਂਗੇ ਫਿਰ ਜ਼ੋਰ ਜ਼ਮੀਰ ਜ਼ਮਾਨਾ, ਜ਼ੋਰ ਜ਼ਮੀਨ ਜ਼ਮਾਨਾ ਇਉਂ ਬਣੂਗਾ। ਜੇ ਆਪਾਂ ਲੱਲੇ ਪੈਰ 'ਚ ਉਹ ਟਿੱਪੀ ਵਰਗੇ ਹਲੰਤ ਨਾ ਲਾਵਾਂਗੇ, ਕਾਲਾ ਕਾਲੇ ਔਲਾ ਔਲੇ ਬਣੂਗਾ, ਜੇ ਆਪਾਂ ਕਾਲਾ ਕਾਲੇ ਲਿਖਣਾ ਔਲਾ ਔਲੇ ਲਿਖਣਾ ਫਿਰ ਉਚਾਰਨ ਵਿੱਚ ਲਾਉਣੀ ਪੈਂਦੀ ਨਹੀਂ ਤਾਂ ਔਲਾ ਔਲੇ ਕਾਲਾ ਕਾਲੇ ਬਣੂਗਾ। ਕਾਲਾ ਗੰਢ ਨਦੀਆਂ ਵੀ ਝੋਲ, ਉਹ ਕਾਲਾ ਦੋ ਜਗ ਚੱਲਿਆ ਉੱਥੇ ਚਰਨਾਂ 'ਚ ਬਿੰਦੀਆਂ ਤਾਂ ਬਲ ਪਾ ਕੇ ਕਹੀਦੇ ਕਾਲਾ, ਉੱਥੇ ਕਾਲਾ ਹਾਹਾ ਨਹੀਂ ਹੈ। ਇਸ ਲਈ ਹਰ ਅੱਗੇ ਤਾਂ ਪੁਰਾਤਨ ਸਿੰਘ ਜਿਹੜੇ ਭਾਰੇ ਅੱਖਰ ਬੋਲਦੇ ਆ ਉਹਨਾਂ ਨੂੰ ਹਲ ਹਾਹੇ ਦੀ ਹੱਲ ਆਪਣਾ ਚਰਨ ਵਾਲਾ ਹਾਹਾ ਕਹਿ ਦਿੰਦੇ ਸਨ, ਅਤੇ ਜਿਹੜਾ ਜਈਆ ਉਸ ਨੂੰ ਆਪਣਾ ਦੂਜੀ ਤਰ੍ਹਾਂ ਉਹਨੂੰ ਜਈਆ ਕਹਿ ਦਿੰਦੇ ਸਨ। ਹੁਣ ਸਾਰਿਆਂ ਨੂੰ ਹਲੰਤੀ ਕਹਿਣ ਲੱਗ ਗਏ ਆ, ਪਰ ਕੁਝ ਭਾਰੇ ਕਰਨ ਵਾਸਤੇ ਹੈ, ਕਈ ਥਾਵਾਂ 'ਤੇ ਭਾਰੇ ਨਹੀਂ ਕੀਤੇ ਜਾ ਸਕਦੇ, ਉੱਥੇ ਉਂਝ ਵੀ ਸਰ ਸਕਦਾ, ਪਰ ਬਹੁਤੇ ਥਾਵਾਂ 'ਤੇ ਭਾਰੇ ਕਰਨ ਵਾਸਤੇ ਹੀ ਹੁੰਦਾ। ਇਸ ਲਈ ਇਹਨਾਂ ਦਾ ਉਚਾਰਨ ਇਹੀ ਹੈ, ਸੁਧ ਸ਼ਸ਼ਾ ਖਖ ਗਗ ਜ਼ਸਾ ਫਫਾ ਲੜਾ ਆਦਿਕ। ਜਿਵੇਂ ਜੇ ਨਾ ਲਿਖਾਂਗੇ ਉਹ ਵਿੱਚ ਲਾਲਾਂ ਲਾਲਾਂ ਆਉਂਦੀਆਂ, ਉਹ ਲਾਵਾਂਗੇ ਤਾਂ ਲਾਲਾਂ ਵੜਨਗੀਆਂ, ਨਹੀਂ ਤਾਂ ਲਾਲਾਂ ਬਣੂਗਾ। ਇਸ ਤਰ੍ਹਾਂ ਇਹ ਸ਼ਬਦ ਜਿਹੜੇ ਫਾਰਸੀ ਦੇ ਆ ਇਹ ਲਿਖਣੇ ਹੋਣ ਤਾਂ ਇਹਨਾਂ ਦੀ ਜ਼ਰੂਰਤ ਪੈਂਦੀ ਹੈ। ਠੇਠ ਪੰਜਾਬੀ ਵਿੱਚ ਕੋਈ ਲੋੜ ਨਹੀਂ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਰਨ ਵਾਲੀ ਕੋਈ ਬਿੰਦੀ ਨਹੀਂ ਆਉਂਦੀ। ਦਸਮ ਗ੍ਰੰਥ ਵਿੱਚ ਵੀ ਵਿਦਵਾਨਾਂ ਨੇ 18ਵੀਂ ਸਦੀ ਵਿੱਚ ਕੁਝ ਬਿੰਦੀਆਂ ਲਾਈਆਂ ਨੇ, ਇਸ ਲਈ 18ਵੀਂ ਸਦੀ ਤੋਂ ਪਹਿਲਾਂ ਬਿੰਦੀਆਂ ਚਰਨ ਵਾਲੀਆਂ ਪ੍ਰਚਲਿਤ ਨਹੀਂ ਸਨ। ਸੋ ਬਹੁਤ ਹੀ ਡੂੰਘੀ ਅਤੇ ਲੰਮਾ ਸਮਾਂ ਵਿਚਾਰ ਕਰਨ ਦੀ ਤਾਂ ਨਹੀਂ ਮੈਂ ਜ਼ਰੂਰਤ ਸਮਝਦਾ, ਇੱਕ ਤਾਂ ਸਮਾਂ ਨਹੀਂ ਬੱਚਿਆਂ ਦਾ ਮੈਂ ਵੱਧ ਲੈ ਲਿਆ, ਮਾਫ਼ ਕਰੋ, ਅਤੇ ਦੂਸਰਾ ਇੰਨਾ ਕੀ ਬਹੁਤ ਹੈ, ਬਹੁਤਾ ਡੂੰਘਾਈ ਵਿੱਚ ਦੱਸਾਂ ਅਤੇ ਸਮਝ ਵਿੱਚ ਬੱਚਿਆਂ ਨੂੰ ਨਹੀਂ ਆਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।